ਪੰਜਾਬ ਦੇ ਇਸ NRI ਨੇ ਚੰਦ ਤੇ ਖਰੀਦੀ ਜ਼ਮੀਨ, ਇੱਕ ਇੱਕ ਏਕੜ ਦੇ ਖਰੀਦੇ ਦੋ ਪਲਾਟ, ਇੱਕ ਕੀਤਾ ਪਤਨੀ ਨੂੰ ਗਿਫਟ ਤਾਂ ਦੂਸਰਾ ਬਚਪਨ ਦੇ ਦੋਸਤ ਨੂੰ ਕੀਤਾ ਗਿਫਟ। ਦੱਸਦੇ ਕਿ ਜਲੰਧਰ ਦੇ ਇਸ NRI ਨੇ ਚੰਦ ਤੇ ਜ਼ਮੀਨ ਖਰੀਦੀ ਹੈ, ਜਿਸਦੇ ਵਿੱਚ ਇੱਕ ਪਲਾਟ ਇਸਨੇ ਆਪਣੀ ਪਤਨੀ ਨੂੰ ਜਦਕਿ ਦੂਸਰਾ ਦੋਸਤ ਨੂੰ ਗਿਫਟ ਕੀਤਾ ਹੈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਇਟਲੀ ਦੇ ਵਿੱਚ ਰਹਿੰਦੇ ਨੇ ਤੇ ਜਦ ਉਹਨਾਂ ਨੂੰ ਕਿਸੇ ਜਾਣਕਾਰ ਤੋਂ ਇਹ ਪਤਾ ਲੱਗਿਆ ਕਿ US ਦੀ ਇੱਕ ਵੈਬਸਾਈਟ ਤੇ ਚੰਦ ਤੇ ਜ਼ਮੀਨ ਖਰੀਦੀ ਜਾਂਦੀ ਹੈ, ਜਿਸ ਤੋਂ ਬਾਅਦ ਉਹ ਇਸ ਦਾ ਪ੍ਰੋਸੈਸ ਪਤਾ ਕਰਦੇ ਨੇ ਤਾਂ ਪਤਾ ਚੱਲਦਾ ਹੈ ਕਿ ਇਸ ਦੀ ਸਾਰੀ ਪ੍ਰਕਿਰਿਆ ਆਨਲਾਈਨ ਹੈ। ਚੰਦ ਤੇ ਜਗ੍ਹਾ ਲੈਣ ਦੇ ਲਈ ਉਹ ਆਨਲਾਈਨ ਅਪਲਾਈ ਕਰਕੇ ਦੋ ਪਲਾਟ ਖਰੀਦ ਲੈਂਦੇ ਨੇ, ਜਿਸ ਤੋਂ ਬਾਅਦ ਇੱਕ ਪਲਾਟ ਉਹ ਆਪਣੀ ਪਤਨੀ ਦੇ ਜਨਮ ਦਿਨ ਤੇ ਉਹਨਾਂ ਨੂੰ ਗਿਫਟ ਕਰ ਦਿੰਦੇ ਨੇ। ਅੱਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦੋਸਤ ਸੁਰਜੀਤ ਸਿੰਘ ਜੋ ਕਿ ਜਲੰਧਰ ਦੇ ਵਿੱਚ ਰਹਿੰਦੇ ਨੇ ਉਹਨਾਂ ਨਾਲ ਸੰਪਰਕ ਕਰਦੇ ਨੇ ਤੇ ਕਿਹਾ ਕਿ ਉਹਨਾਂ ਨੇ ਚੰਦ ਤੇ ਜ਼ਮੀਨ ਖਰੀਦੀ ਹੋਈ ਹੈ, ਜਿਸ ਤੋਂ ਬਾਅਦ ਉਹਨਾਂ ਦਾ ਦੋਸਤ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਇੱਕ ਪਲਾਟ ਉਸਦੇ ਨਾਮ ਕਰ ਦੇਵੇ ਤੇ ਉਹ ਉਸਦੇ ਬਦਲੇ ਪੈਸੇ ਚੁੱਕਾ ਦੇਵੇਗਾ। ਜਿਸ ਤੋਂ ਬਾਅਦ ਉਹ ਇੱਕ ਪਲਾਟ ਦੋਸਤ ਦੇ ਨਾਮ ਕਰ ਦਿੰਦੇ ਨੇ ਤੇ ਦਸਤਾਵੇਜ਼ ਵੀ ਦੋਸਤ ਨੂੰ ਸੌਂਪ ਦਿੰਦੇ ਨੇ, ਜਿਸ ਤੋਂ ਬਾਅਦ ਉਹ ਉਸ ਤੋਂ ਕੋਈ ਵੀ ਪੈਸਾ ਨਹੀਂ ਲੈਂਦੇ। ਉਹਨਾਂ ਦੱਸਿਆ ਕਿ ਅਸੀਂ ਦੋਨੋਂ ਦੋਸਤ ਇੱਕੋ ਪਿੰਡ ਦੇ ਰਹਿਣ ਵਾਲੇ ਹਾਂ ਤੇ ਜਨਮ ਵੀ ਸਾਡਾ ਇੱਥੇ ਹੋਇਆ ਤੇ ਇਕੱਠੇ ਅਸੀਂ ਖੇਡੇ ਤੇ ਵੱਡੇ ਹੋਏ, ਜਿਸਦੇ ਚੱਲਦੇ ਉਸਨੇ ਇੱਕ ਪਲਾਟ ਦੋਸਤ ਦੇ ਨਾਮ ਕਰ ਦਿੱਤਾ। ਹਰਜਿੰਦਰ ਸਿੰਘ ਨੇ ਕਿਹਾ ਕਿ ਦੋਨੋਂ ਪਲਾਟ ਇੱਕ ਇੱਕ ਏਕੜ ਦੇ ਨੇ ਤੇ ਦਸਤਾਵੇਜ਼ਾਂ ਦੇ ਵਿੱਚ ਦੋਸਤ ਦੇ ਨਾਮ ਕਰਵਾਉਣ ਵਿੱਚ ਜੋ ਕਮੀਆਂ ਰਹਿ ਗਈਆਂ ਨੇ ਉਹ ਆਨਲਾਈਨ ਜਲਦ ਹੀ ਪੂਰੀਆਂ ਕਰਵਾ ਦਿੱਤੀਆਂ ਜਾਣਗੀਆਂ। ਉਸਨੇ ਕਿਹਾ ਕਿ ਮੇਰੀ ਇੱਕ ਖੁਆਇਸ਼ ਸੀ ਕਿ ਉਹ ਆਪਣੀ ਪਤਨੀ ਨੂੰ ਦੂਸਰਿਆਂ ਤੋਂ ਅਲੱਗ ਗਿਫਟ ਦੇਵੇ, ਜਿਸਦੇ ਚੱਲਦੇ ਉਸਨੇ ਫੈਸਲਾ ਲਿਆ ਕਿ ਆਪਣੀ ਪਤਨੀ ਨੂੰ ਚੰਦ ਤੇ ਜਗ੍ਹਾ ਲੈ ਕੇ ਦੇਵੇ। ਮੇਰਾ ਨਾਮ ਜੀ ਹਰਜੀਤ ਸਿੰਘ ਹੈ ਜੀ ਤੇ ਮੈਂ ਇਟਲੀ ਰਹਿੰਦਾ ਵਾਂ, ਜਿੱਦਾਂ ਕਿ ਇਟਲੀ ਤੋਂ ਆਇਆ ਹੋਇਆ। ਹਾਂਜੀ, ਜਲੰਧਰ ਕਿੱਥੇ ਰਹਿੰਦੇ ਹੋ ਤੁਸੀਂ? ਜਲੰਧਰ ਜੀ ਪਿੰਡ ਆਪਣਾ ਹੈਗਾ ਜੰਦਿਆਲਾ ਪਿੰਡ ਆ ਜੀ, ਜੰਦਿਆਲਾ ਮੰਚ ਗਈ। ਤੇ ਜਿਹੜਾ ਤੁਸੀਂ ਆਪਣੇ ਪਲਾਟ ਖਰੀਦਿਆ ਹੈਗਾ, ਪਹਿਲਾਂ ਕਿੰਨੀ ਪ੍ਰੋਪਰਟੀ ਖਰੀਦੀ, ਕਿੱਥੇ ਖਰੀਦੀ ਹੈਗੀ ਹੈ ਤੇ ਹੁਣ ਉਹਦਾ ਨੈਕਸਟ ਪ੍ਰੋਪਰਟੀ ਕੀ ਹੈ? ਉਹਦਾ ਜੀ ਜਿੱਦਾਂ ਜੀ ਆਪਾਂ ਅਮਰੀਕਾ ਦੀ ਸਾਈਡ ਆ ਜੀ, ਇੱਕ ਅਮਰੀਕਾ ਦੀ ਸਾਈਡ ਆ ਤੇ ਉੱਥੋਂ ਆਪਾਂ ਆਨਲਾਈਨ ਇਹ ਖਰੀਦੀ ਸੀਗੀ ਪ੍ਰੋਪਰਟੀ। ਆਪਾਂ ਜੀ ਦੋ ਪਲਾਟ ਖਰੀਦੇ ਸੀਗੇ, ਆਪਣੀ ਮੈਂ ਆਪਣੀ ਵਾਈਫ ਦਾ ਬਰਥਡੇ ਸੀਗਾ, ਉਹ ਗਿਫਟ ਕੀਤਾ ਸੀਗਾ ਉਹਨੂੰ ਤੇ ਉਹਨਾਂ ਲਈ ਖਰੀਦੇ ਸੀਗੇ। ਮੂਨ 'ਤੇ ਆ ਜੀ, ਮੂਨ 'ਤੇ ਖਰੀਦੇ ਸੀਗੇ ਤੇ ਉਹਦੇ ਲਈ ਫਿਰ ਹੁਣ ਇਹ ਭਾਈ ਸਾਹਿਬ ਕਹਿੰਦੇ ਜੀ ਜਿੱਦਾਂ ਇੱਕ ਪਲਾਟ ਜੀ ਸਾਡੇ ਨਾਂ 'ਤੇ ਕਰ ਦਿਓ, ਹੈ ਕਿ ਨਹੀਂ? ਉਹ ਅਸੀਂ ਜੀ ਹੁਣ ਇੱਕ ਪਲਾਟ ਜਿਹੜਾ ਆ ਇਹ ਭਾਈ ਸਾਹਿਬ ਉਹਨਾਂ ਦੇ ਨਾਮ 'ਤੇ ਕੀਤਾ ਆ, ਉਹ ਜਿੱਦਾਂ ਵੀ ਆ। ਕਿੰਨੇ ਮਰਲੇ ਦਾ ਪਲਾਟ ਆ ਸਰ ਜੋ ਇਹਨਾਂ ਦੇ ਨਾਮ 'ਤੇ? ਉਹ ਜੀ ਇੱਕ ਏਕੜ ਆ ਜੀ, ਜਿੱਦਾਂ ਡਾਕੂਮੈਂਟ ਵਿੱਚ ਇੱਕ ਏਕੜ ਲਿਖਿਆ ਹੋਇਆ ਆ ਤੇ ਇੱਕ ਏਕੜ ਹੈਗਾ ਆ ਤੇ। ਹਾਂਜੀ ਸਰ, ਜਿਹੜੇ ਪੇਪਰ ਵਗੈਰਾ ਪੇਪਰ ਤੁਸੀਂ ਇਹਨਾਂ ਨੂੰ ਕਰ ਦਿੱਤੇ, ਹੈਂਡ ਓਵਰ ਕਰ ਦਿੱਤੇ ਇਹਦੇ? ਹਾਂਜੀ, ਪੇਪਰ ਹੈਂਡ ਓਵਰ ਇਹਨਾਂ ਨੇ ਕਰ ਦਿੱਤੇ ਹੋਏ ਆ ਪੇਪਰ, ਜਿਹੜੇ ਇਹਨਾਂ ਨੂੰ ਤੇ ਉਹ ਕਰਤੇ ਆ। ਜੋ ਵੀ ਜੇਕਰ ਆਨਲਾਈਨ ਕੋਈ ਹੋਊਗਾ ਤੇ ਅਸੀਂ ਜਿਹੜੀ ਸਾਈਡ ਹੈਗੀ ਆ ਉਹਨਾਂ ਨੂੰ ਕਹਿ ਕੇ ਕਹਿ ਦਾਂਗੇ ਜੀ ਇਹਨਾਂ ਦੇ ਨਾਂ ਤੇ ਹੈਗਾ, ਜੋ ਵੀ ਆ ਟ੍ਰਾਂਸਫਰ ਹੋ ਜੂਗਾ ਜੀ। ਕਿਸ ਮਕਸਦ ਦੇ ਨਾਲ ਤੁਸੀਂ ਉੱਥੇ ਪਲਾਟ ਖਰੀਦਿਆ? ਮੂਨ 'ਤੇ ਇਹ ਜੀ ਇੱਕ ਖੁਆਇਸ਼ ਸੀਗੀ, ਜਿੱਦਾਂ ਕਿ ਲੈ ਵੀ ਵਾਈਫ ਨੂੰ ਡਿਫਰੈਂਟ ਗਿਫਟ ਦੇਣਾ ਜੀ, ਲੈ ਵੀ ਕਿ ਮੈਂ ਉਸ ਹਿਸਾਬ ਨਾਲ ਖਰੀਦਿਆ ਸੀਗਾ। ਇਹ ਹੁਣ ਭਾਈ ਸਾਹਿਬ ਦੀ ਆ ਗਾਂ, ਇਹਨਾਂ ਨੇ ਲਿਆ, ਇਹ ਹੁਣ ਇਹਨਾਂ ਨੂੰ ਪਤਾ ਹੋਊਗਾ ਕਿ ਇਹ ਕਿਸ ਹਿਸਾਬ ਨਾਲ ਲੈ ਵੀ ਕਰ ਰਹੇ ਆ, ਉਹ ਕਿਉਂ ਲੈ ਰਹੇ ਆ। ਤੁਸੀਂ ਉਹਨਾਂ ਦੇ ਨਾਮ ਤੇ ਉਹਨਾਂ ਨੂੰ ਟਰਾ ਉਹਨਾਂ ਨੂੰ ਸ਼ਿਫਟ ਕਰ ਰਹੇ ਹੈਗੇ ਤੇ ਹਨਾ ਉਹਨਾਂ ਨੂੰ ਪਾਵਰ ਆਫ ਅਟਾਰਨੀ ਦੇ ਰਹੇ ਹੈਗੇ ਤੇ ਕਿ ਆਪਣੇ ਕਿਸ ਬਿਹਾਫ ਤੇ ਤੁਸੀਂ ਦੇ ਰਹੇ ਹੈਗੇ ਜਾਂ ਫਿਰ ਮਿਊਚੁਅਲ ਫੰਡ ਜਾਂ ਫਿਰ ਫਰੈਂਡ ਸਰਕਲ ਹੈ ਜਾਂ ਕੀ ਕਿਸ ਤਰੀਕੇ ਨਾਲ ਗਿਫਟ ਕਰ ਰਹੇ? ਇਹ ਜੀ ਇੱਕ ਫਰੈਂਡ ਸਰਕਲ ਸਾਡਾ ਹੈਗਾ ਜੀ, ਬਹੁਤ ਵਧੀਆ ਸਾਡਾ ਜੀ, ਪਿੰਡ ਵਿੱਚ ਇੱਕ ਪਿੰਡ ਤੋਂ ਆ ਜੀ, ਸਾਰਾ ਕੁਛ ਜਿੱਦਾਂ ਕਿ ਲੈ ਵੀ ਭਾਈਚਾਰਾ ਆਪਣਾ ਹੈ ਜੀ, ਹੈ ਕਿ ਨਹੀਂ? ਵਧੀਆ ਆਪਣੇ ਮਿੱਤਰ ਆਪਣੇ ਇਹ, ਸਹੀ ਕਿ ਨਹੀਂ? ਤੇ ਇਸ ਪੰਜਾਬ 'ਤੇ ਜੀ ਭਾਈ ਸਾਹਿਬ ਨਾਲ ਆਪਾਂ
ਦੇਖੋ ਜੀ ਵਧੀਆ ਫੀਲ ਹੋ ਰਿਹਾ ਜੀ, ਜਾਣੀ ਕਿ ਆਪਣੇ ਦੋ ਲੈ ਸੀਗੇ ਤੇ ਇੱਕ ਆਪਾਂ ਭਾਈ ਸਾਹਿਬ ਨੂੰ ਵੀ ਖੁਸ਼ ਕਰਨਾ ਸੀਗਾ, ਇਸ ਲਈ ਭਾਈ ਬ੍ਰਦਰ ਆਪਣਾ ਅਗਲਾ ਵੀ ਇਹਨੂੰ ਵੀ ਅਸੀਂ ਕਿਹਾ ਇਹਦੀ ਤਮੰਨਾ ਸੀਗੀ, ਤੇ ਇਸ ਲਈ ਆਪਾਂ ਫਿਰ ਭਾਈ ਸਾਹਿਬ ਨੂੰ ਇਹ ਕਿਹਾ ਜੀ, ਬਹੁਤ ਚਿਰ ਦੇ ਪਿੱਛੇ ਪੈ ਸੀਗੇ ਜੀ, ਇੱਕ ਕਰ ਦਿਓ ਜੀ ਸਾਨੂੰ ਗਿਫਟ ਕਰ ਦਿਓ, ਤੇ ਇਸ ਲਈ ਫਿਰ ਭਾਈ ਸਾਹਿਬ ਨੂੰ ਕਰ ਦਿਓ ਜਿਹੜਾ ਦੂਸਰਾ ਪਲੋਟ, ਤੁਸੀਂ ਕਹਿੰਦੇ ਦੋ ਪਲੋਟ ਲਏ ਆ, ਦੂਸਰਾ ਪਲੋਟ ਉਹ ਵੀ ਇੱਕ ਏਕੜ ਦਾ ਹੀ ਖਰੀਦਿਆ? ਹਾਂਜੀ ਉਹ ਵੀ ਇੱਕ ਏਕੜ ਦਾ ਜੀ, ਉਹ ਵੀ ਇੱਕ ਏਕੜ ਦਾ। ਹਾਂਜੀ ਸਾਨੂੰ ਵੀ ਕਿਤੇ ਚੰਦਰਮਾ ਦੇ ਉੱਤੇ ਪਲਾਟ ਲੈ ਦੋ, ਭਾਜੀ ਕਹਿੰਦਾ ਵੀ ਜਿੱਦਣ ਵੀ ਕਿਤੇ ਮੈਂ ਦੁਬਾਰਾ ਇੰਡੀਆ ਆਇਆ ਤੇ ਤੈਨੂੰ ਸੁਰਜੀਤ ਗਿਫਟ ਹੀ ਦੇ ਜਾਣਾ, ਤੇ ਮੈਂ ਕਿਹਾ ਵੀ ਚਲੋ ਭਾਜੀ ਜੇ ਇਸ ਤਰ੍ਹਾਂ ਹੋ ਸਕਦਾ, ਚਲੋ ਅਸੀਂ ਪੈਸੇ ਦੀ ਤਾਂ ਕਦੀ ਇਹ ਗੱਲ ਹੀ ਨਹੀਂ ਕਦੀ ਕੀਤੀ ਆਪਸ ਵਿੱਚ, ਕਿਉਂਕਿ ਇੱਕ ਭਰਾਵਾਂ ਤੌਰ 'ਤੇ ਅਸੀਂ ਇੱਕ ਦੂਜੇ ਨਾਲ ਕਾਫੀ ਲੰਬੇ ਸਮੇਂ ਤੋਂ ਸਾਡਾ ਮਿਲਣ ਵਰਤਣ ਆ, ਲੇਕਿਨ ਹੁਣ ਉਹ ਇੰਡੀਆ ਆਏ ਅਤੇ ਉਹਨਾਂ ਨੇ ਮੈਨੂੰ ਇਹ ਗਿਫਟ ਕੀਤਾ, ਮੈਂ ਇਸ ਪਰਿਵਾਰ ਦਾ ਬਹੁਤ ਹੀ ਦਿਲੋਂ ਰਿਣੀ ਧੰਨਵਾਦ ਕਰਦਾ ਹਾਂ, ਕਿਉਂਕਿ ਇਹਨਾਂ ਨੇ ਮੇਰੀ ਜਿਹੜੀ ਦਿਲੀ ਖਾਹਿਸ਼ ਸੀ ਉਹ ਖਾਹਿਸ਼ ਨੂੰ ਪੂਰਾ ਕੀਤਾ, ਕਿਉਂਕਿ ਹਰ ਬੰਦੇ ਦੀ ਸੋਚ ਹੁੰਦੀ ਆ ਵੀ ਚੰਦਰਮਾ 'ਤੇ ਪਲਾਟ ਲਈਏ, ਅਤੇ ਜੇ ਚੰਦਰਮਾ 'ਤੇ ਪਲਾਟ ਲਿਆ ਆ ਵੀ ਜੇ ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਇਨਸਾਨ ਵਸੇਰਾ ਕਰੇਗਾ ਜਾਂ ਇਨਸਾਨ ਰਹੇਗਾ ਔਰ ਸਾਨੂੰ ਵੀ ਮੌਕਾ ਮਿਲੇਗਾ ਵੀ ਅਸੀਂ ਚੰਦਰਮਾ ਦੇ ਉੱਤੇ ਵਸੇਰਾ ਕਰੀਏ ਜਦ ਵੀ ਇਨਸਾਨ ਰਹੇਗਾ, ਲੇਕਿਨ ਹਜੇ ਤਾਂ ਇਨਸਾਨ ਦਾ ਉੱਥੇ ਪਹੁੰਚਣਾ ਬੜਾ ਮੁਸ਼ਕਲ ਆ, ਅਤੇ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਤੁਸੀਂ ਜਾਣਦੇ ਵਿਗਿਆਨ ਦਾ ਯੁੱਗ ਆ, ਵਿਗਿਆਨ ਦੇ ਯੁੱਗ ਦੇ ਵਿੱਚ ਕੁਝ ਸਭ ਕੁਝ ਹੋ ਸਕਦਾ ਹੈ, ਅਤੇ ਔਰ ਮੈਂ ਇਸ ਪਰਿਵਾਰ ਦਾ ਔਰ ਭਾਅ ਜੀ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜੋ ਉਹਨਾਂ ਨੇ ਵਿਦੇਸ਼ ਤੋਂ ਆ ਕੇ ਔਰ ਜੇ ਇਹ ਮੈਨੂੰ ਤੋਹਫ਼ਾ ਦਿੱਤਾ। ਦੇਖੋ ਜੀ ਗਿਫਟ ਨੂੰ ਹੁਣ ਆਪਾਂ ਕੀਮਤ ਨਹੀਂ ਕੋਈ ਹੁੰਦੀ ਗਿਫਟ ਦੀ, ਆਪਾਂ ਹੁਣ ਕੀ ਕਹਿ ਦਈਏ ਭਾਜੀ, ਉਹਨਾਂ ਨੇ ਕਦੀ ਕਦੀ ਪੈਸੇ ਦੀ ਗੱਲ ਹੀ ਨਹੀਂ ਕੀਤੀ, ਸਿਰਫ ਇੱਦਾਂ ਹੀ ਵੀ ਜਦ ਵੀ ਬਹਿੰਦੇ ਹੁੰਦੇ ਆਉਂਦੇ ਹੁੰਦੇ, ਮੈਂ ਇਹ ਗੱਲ ਇਹਨਾਂ ਨੂੰ ਤਕਰੀਬਨ 2-3 ਸਾਲ ਤੋਂ ਇਹ ਗੱਲ ਕਹਿ ਰਿਹਾ ਸੀ, ਮੈਂ ਕਿਹਾ ਭਾਜੀ ਸਾਨੂੰ ਵੀ ਚੰਨ ਤੇ ਵੀ ਜਿਹੜਾ ਆ ਪਲਾਟ ਲੈ ਦੋ ਔਰ ਇਹਦਾ ਕੀ ਪ੍ਰੋਸੈਸ ਆ ਮੈਨੂੰ ਕੁਝ ਨਹੀਂ ਪਤਾ ਸੀ, ਉਹ ਕਹਿੰਦੇ ਜਦ ਸੁਰਜੀਤ ਆਇਆ ਵੀ ਮੈਂ ਤੈਨੂੰ ਇੱਕ ਪਲਾਟ ਲੈ ਤੈਨੂੰ ਦੇ ਦੇਣਾ ਗਿਫਟ ਹੀ ਦੇ ਦੇਣਾ, ਔਰ ਅੱਜ ਇੰਡੀਆ ਦੇ ਵਿੱਚ ਆਏ ਤਾਂ ਇਹਨਾਂ ਨੇ ਮੈਨੂੰ ਤਕਰੀਬਨ 1 ਏਕੜ ਜ਼ਮੀਨ ਆ ਜਿਹੜੀ ਉਹ ਕੀਤੀ ਆ, ਹੁਣ ਦੇਖਾਂਗੇ ਕੀ ਆ ਔਨਲਾਈਨ ਪ੍ਰੋਸੈਸ ਜਿੱਦਾਂ ਉਹ ਵੀ ਕੰਪਲੀਟ ਜਲਦੀ ਹੋ ਜਾਏਗਾ, ਔਰ ਜੋ ਇਹਨਾਂ ਨੂੰ ਪਾਵਰ ਆਫ ਅਟੋਰਨੀ ਸੀਗੀ ਔਰ ਜੇ ਇਹਨਾਂ ਨੇ ਪੇਪਰ ਮੇਰੇ ਹੱਥ ਦੇ ਵਿੱਚ ਦਿੱਤੇ, ਮੈਂ ਇਸ ਪਰਿਵਾਰ ਦਾ ਇਹਨਾਂ ਦੀ ਮਾਤਾ ਜੀ ਦਾ ਇਹਨਾਂ ਦੇ ਬ੍ਰਦਰ ਜੀ ਦਾ ਔਰ ਸਾਰਾ ਸਹਿਯੋਗ ਭਾਅ ਜੀ ਉਹਨਾਂ ਨੇ ਸਾਰਾ ਪ੍ਰੋਸੈਸ ਦੱਸਿਆ ਸੀ ਕਿਸ ਤਰ੍ਹਾਂ ਅਮਰੀਕਾ ਤੋਂ ਭਾਅ ਜੀ ਹੋਣੀ ਤੇ ਇਹਨਾਂ ਨੇ ਜਿੱਦਾਂ ਪ੍ਰੋਸੀਜਰ ਦੱਸਿਆ ਸੀਗਾ ਕਿਲੇ ਵੀ ਤੇ ਔਰ ਜਿਹੜਾ ਹੁਣ ਅੱਗੇ ਹੋਏਗਾ ਔਨਲਾਈਨ ਜੋ ਵੀ ਪ੍ਰੋਸੈਸ ਹੋਏਗਾ ਜਿਸ ਤਰ੍ਹਾਂ ਵੀ ਹੋਏਗਾ, ਕਿਉਂਕਿ ਇਹਨਾਂ ਨੇ ਜਲਦੀ ਫਿਰ ਵਾਪਸ ਚਲੇ ਜਾਣਾ, ਚਲੋ ਮੇਰੀ ਇਹਨਾਂ ਨੇ ਦਿਲੀ ਖਾਹਿਸ਼ ਨੂੰ ਪੂਰਾ ਕੀਤਾ, ਮੈਂ ਇਸ ਪਰਿਵਾਰ ਦਾ ਬ੍ਰਦਰ ਹੋਣਾ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦਾ। ਕਈਆਂ ਦਾ ਹੋਰ ਸੁਪਨਾ ਹੁੰਦਾ, ਕਈ ਗੱਲਾਂ ਵੀ ਕਰਦੇ ਚਾਂਸ ਲੈ ਰਹੇ ਕਿ ਗੱਲਾਂ ਹੀ ਰਹਿਣ ਦੇ ਸੁਪਨੇ ਰਹਿਣ ਦੇ, ਤੁਹਾਡਾ ਸੁਪਨਾ ਸਾਕਾਰ ਹੋਇਆ ਤੇ ਹੋਰਨਾਂ ਨੂੰ ਜਿਹੜੇ ਆਪਣੇ ਏਸੀ ਦਾ ਸੁਪਨਾ ਦੇਖ ਰਹੇ ਆ ਗੱਲਾਂ ਕਰ ਰਹੇ ਉਹਨਾਂ ਨੂੰ ਵੀ? ਦੇਖੋ ਜੀ ਸੁਪਨਾ ਤਾਂ ਉਦੋਂ ਵੀ ਪੂਰਾ ਹੋਏਗਾ ਜਦੋਂ ਅਸੀਂ ਚੰਦਰਮਾ ਦੇ ਉੱਤੇ ਪੈਰ ਰੱਖਾਂਗੇ, ਜਦੋਂ ਮਨੁੱਖ ਜਿਹੜਾ ਉਸ ਜਗ੍ਹਾ ਤੇ ਪਹੁੰਚ ਜਾਏਗਾ, ਮਨੁੱਖ ਉੱਥੇ ਰਹੇਗਾ, ਕਿਉਂਕਿ ਇਹ ਵਿਗਿਆਨ ਦੀ ਬਹੁਤ ਵੱਡੀ ਖੋਜ ਆ, ਤੇ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਵਿਗਿਆਨੀਆਂ ਦਾ ਜਿਹੜੇ ਸਾਡੇ ਵਿਗਿਆਨ ਦੇ ਖੇਤਰ ਦੇ ਨਾਲ ਜੁੜੇ ਹੋਏ ਆ, ਵਿਗਿਆਨ ਨੂੰ ਸਮਝਦੇ ਆ, ਅੱਜ ਜੇ ਵਿਗਿਆਨ ਉਸ ਜਗ੍ਹਾ ਤੇ ਪਹੁੰਚੇ ਆ ਜਾਂ ਮਨੁੱਖ ਉਸ ਜਗ੍ਹਾ ਤੇ ਪਹੁੰਚਾ, ਵਿਗਿਆਨ ਦੀ ਜਿਹੜੀ ਟੈਕਨੀਕ ਜਿਹੜੀ ਵਿਗਿਆਨ ਦੇ ਜਿਹੜੇ ਉਪਕਰਨ ਆ ਜਿਹੜੇ ਉਹਨਾਂ ਦੇ ਸੋਰਸ ਆ
ਔਰ ਜਿਹੜੀਆਂ ਵਿਗਿਆਨ ਦੀ ਜਿਹੜੀ ਮਸ਼ੀਨਰੀ ਆ ਉੱਥੇ ਪਹੁੰਚੀ ਆ ਅਤੇ ਸਭ ਤੋਂ ਵੱਡਾ ਮੈਂ ਜਿਹੜਾ ਜੇ ਸ਼ਲਾਘਾ ਕਰਦਾ ਹਾਂ ਤਾਂ ਵਿਗਿਆਨ ਦਾ ਕਰਦਾ ਹਾਂ ਕਿਉਂਕਿ ਵਿਗਿਆਨ ਦੇ ਜ਼ਰੀਏ ਸਾਇੰਸ ਦੇ ਯੁੱਗ ਦੇ ਵਿੱਚ ਜੋ ਸਾਇੰਸ ਨੇ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਆ। ਕੀ ਮਹਿਸੂਸ ਕਰਦੇ ਥਾਪੜੀ? ਬਹੁਤ ਚੰਗਾ ਮਹਿਸੂਸ ਕਰਦੇ ਜੇ ਕੋਈ ਭਰਾ ਨੂੰ ਕੋਈ ਗਿਫਟ ਦੇਵੇ ਚੰਦਰਮਾ ਦੇ ਉੱਤੇ ਪਲਾਟ, ਅਤੇ ਚੰਗਾ ਹੀ ਮਹਿਸੂਸ ਕਰੇਗਾ ਹਰ ਕੋਈ ਵਿਅਕਤੀ।